ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਡੇ YouTube ਚੈਨਲ ਟੂ ਸਿਸਟਰ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਰ੍ਹੋਂ ਦੇ ਸਾਗ ਨੂੰ ਤੜਕਾ ਲਾਵਾਂਗੇ। ਪਿਛਲੀ ਵੀਡੀਓ ਦੇ ਵਿੱਚ ਆਪਾਂ ਕੁੱਕਰ ਦੇ ਵਿੱਚ ਸਾਗ ਬਣਾਇਆ ਸੀ ਜੀ, ਉਸ ਵੀਡੀਓ ਵਿੱਚ ਆਪਾਂ ਸਾਗ ਨੂੰ ਤੜਕਾ ਨਹੀਂ ਲਗਾਇਆ ਸੀ ਜੀ, ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ, ਇਸ ਦੇ ਲਈ ਆਪਾਂ ਅੱਜ ਸਾਗ ਨੂੰ ਤੜਕਾ ਲਗਾਉਣ ਵਾਲੀ ਵੀਡੀਓ ਅਲੱਗ ਤੋਂ ਪਾ ਰਹੇ ਹਾਂ। ਹੁਣ ਆਪਾਂ ਸਾਗ ਨੂੰ ਤੜਕਾ ਲਗਾਵਾਂਗੇ, ਉਸ ਦੇ ਲਈ ਇੱਕ ਪੈਨ ਦੇ ਵਿੱਚ 2 ਚਮਚ ਦੇਸੀ ਘਿਓ ਲਵਾਂਗੇ। ਦੇਸੀ ਘਿਓ ਵਿੱਚ ਸਾਗ ਨੂੰ ਤੜਕਾ ਲਗਾਉਣ ਦੇ ਨਾਲ ਸਾਗ ਦਾ ਜਿਹੜਾ ਸਵਾਦ ਹੈ ਜੀ, ਉਹ ਦੁੱਗਣਾ ਹੋ ਜਾਏਗਾ। ਘਿਓ ਨੂੰ ਥੋੜ੍ਹਾ ਜਿਹਾ ਪਿਘਲਾ ਲਵਾਂਗੇ, ਫਿਰ 1 ਚਮਚ ਕੱਟੀ ਹੋਈ ਲਸਣ ਪਾਵਾਂਗੇ। ਲਸਣ ਅਦਰਕ ਆਪਾਂ ਹਿਸਾਬ ਨਾਲ ਹੀ ਪਾਵਾਂਗੇ ਜੀ, ਕਿਉਂਕਿ ਆਪਾਂ ਸਾਗ ਦੇ ਵਿੱਚ ਵੀ ਲਸਣ ਅਦਰਕ ਕੁੱਟ ਕੇ ਪਹਿਲਾਂ ਤੋਂ ਹੀ ਪਾਈ ਹੈ। ਲਸਣ ਨੂੰ ਘਿਓ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਵਾਂਗੇ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ, ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਜੀ, ਬਿਲਕੁਲ ਸਕਿੱਪ ਨਾ ਕਰਿਓ ਵੀਡੀਓ ਨੂੰ। ਲਸਣ ਨੂੰ ਹਿਲਾ ਲਵਾਂਗੇ ਥੋੜ੍ਹਾ ਜਿਹਾ। ਲਸਣ ਨੂੰ ਗੋਲਡਨ ਬਰਾਊਨ ਹੋਣ ਤੱਕ ਭੁੰਨ ਲਵਾਂਗੇ। ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ, ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ, ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ, ਬਿਲਕੁਲ ਸਕਿੱਪ ਨਾ ਕਰਿਓ ਜੀ ਵੀਡੀਓ ਨੂੰ। ਹੁਣ ਲਸਣ ਗੋਲਡਨ ਬਰਾਊਨ ਹੋਣੀ ਸ਼ੁਰੂ ਹੋ ਚੁੱਕੀ ਹੈ। ਹੁਣ ਆਪਾਂ ਇਸ ਦੇ ਵਿੱਚ 1 ਚਮਚ ਕੱਟੀ ਹੋਈ ਅਦਰਕ ਪਾਵਾਂਗੇ। ਅਦਰਕ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ। ਜਦੋਂ ਲਸਣ ਗੋਲਡਨ ਬਰਾਊਨ ਹੋ ਜਾਵੇ ਤਾਂ ਆਪਾਂ ਇਸ ਦੇ ਵਿੱਚ 1 ਕੌਲੀ ਬਰੀਕ ਕੱਟਿਆ ਹੋਇਆ ਪਿਆਜ਼ ਪਾਵਾਂਗੇ। ਪਿਆਜ਼ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ। ਅਸੀਂ ਇਸ ਤੋਂ ਪਹਿਲਾਂ ਕੁੱਕਰ ਦੇ ਵਿੱਚ ਸਰ੍ਹੋਂ ਦਾ ਸਾਗ ਬਣਾਉਣ ਵਾਲੀ ਵੀਡੀਓ ਵੀ ਆਪਣੇ ਚੈਨਲ 'ਤੇ ਪਾ ਰੱਖੀ ਹੈ ਜੀ, ਤੁਸੀਂ ਉਹ ਵੀਡੀਓ ਦੇਖ ਸਕਦੇ ਹੋ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਕਰਿਓ ਜੀ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਆਲ ਕਰ ਦਿਓ ਜੀ, ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਪਿਆਜ਼ ਨੂੰ ਵੀ ਗੋਲਡਨ ਬਰਾਊਨ ਹੋਣ ਤੱਕ ਪਕਾ ਲਵਾਂਗੇ। ਹੁਣ ਆਪਾਂ ਇਸ ਦੇ ਵਿੱਚ 1 ਸਾਈਜ਼ ਦੀ ਵੱਡੀ ਅਤੇ ਮੋਟੀ ਹਰੀ ਮਿਰਚ ਪਾਵਾਂਗੇ। ਜੋ ਬਰੀਕ ਮਿਰਚਾਂ ਹੁੰਦੀਆਂ ਨੇ ਜੀ, ਉਹ ਆਪਾਂ ਸਾਗ ਦੇ ਵਿੱਚ ਪਹਿਲਾਂ ਹੀ ਪਾ ਰੱਖੀਆਂ ਨੇ। ਹੁਣ ਆਪਾਂ ਇਸ ਤਰੀਕੇ ਦੀ ਮੋਟੀ ਮਿਰਚ ਪਾਵਾਂਗੇ ਤੜਕੇ ਦੇ ਵਿੱਚ। ਮਿਰਚ ਨੂੰ ਆਪਾਂ ਜ਼ਿਆਦਾ ਨਹੀਂ ਪਕਾਵਾਂਗੇ ਜੀ, ਇਸ ਤਰੀਕੇ ਦੀ ਹੀ ਰੱਖਾਂਗੇ। ਚੰਗੀ ਤਰ੍ਹਾਂ ਹਿਲਾ ਲਵਾਂਗੇ। ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਹਰਾ ਧਨੀਆ ਪਾਵਾਂਗੇ। ਹਰਾ ਧਨੀਆ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ। ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਸਰ੍ਹੋਂ ਦਾ ਸਾਗ ਜੀ ਬਹੁਤ ਪੌਸ਼ਟਿਕ ਹੁੰਦਾ, ਇਸਦੇ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਨੇ। ਹੁਣ ਆਪਾਂ ਇਸ ਦੇ ਵਿੱਚ ਸਾਗ ਪਾਵਾਂਗੇ। ਸਾਗ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ।
ਆਪਾਂ ਸਾਗ ਨੂੰ ਲੱਕੜ ਦੀ ਕੜਛੀ ਨਾਲ ਚੰਗੀ ਤਰ੍ਹਾਂ ਹਿਲਾ ਲਵਾਂਗੇ। ਦੇਖੋ ਜੀ ਸਾਗ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ। ਸਰਦੀਆਂ ਦੇ ਵਿੱਚ ਆਪਾਂ ਨੂੰ ਇਸ ਤਰੀਕੇ ਦਾ ਸਾਗ ਖਾਣਾ ਚਾਹੀਦਾ ਹੈ ਕਿਉਂਕਿ ਇਸ ਦੇ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਨੇ। ਸਾਗ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਅਤੇ 1-2 ਮਿੰਟ ਦੇ ਲਈ ਪਕਾ ਲਵਾਂਗੇ। ਸਰਦੀਆਂ ਦੇ ਵਿੱਚ ਇਸ ਤਰੀਕੇ ਦਾ ਬਣਿਆ ਹੋਇਆ ਸਰ੍ਹੋਂ ਦਾ ਸਾਗ ਸਭ ਨੂੰ ਬਹੁਤ ਪਸੰਦ ਆਉਂਦਾ ਜੀ। ਆਪਾਂ ਸਾਗ ਦੇ ਵਿੱਚ ਪਾਣੀ ਨਹੀਂ ਪਾਵਾਂਗੇ ਜੀ, ਇਸੇ ਤਰੀਕੇ ਨਾਲ ਇਸ ਨੂੰ ਪਕਾ ਲਵਾਂਗੇ ਥੋੜ੍ਹੀ ਦੇਰ ਦੇ ਲਈ। ਹੁਣ ਆਪਣੇ ਸਾਗ ਨੂੰ ਤੜਕਾ ਲੱਗ ਕੇ ਤਿਆਰ ਹੈ। ਹੁਣ ਆਪਾਂ ਸਾਗ ਨੂੰ 1 ਕੌਲੀ ਦੇ ਵਿੱਚ ਕੱਢ ਲਵਾਂਗੇ। ਇਸ ਤਰੀਕੇ ਦਾ ਸਾਗ ਗਰਮ ਗਰਮ ਰੋਟੀ ਦੇ ਨਾਲ ਬਹੁਤ ਟੇਸਟੀ ਲੱਗਦਾ ਹੈ ਜੀ। ਸਾਗ ਉੱਪਰ ਮੱਖਣ ਜਾਂ ਦੇਸੀ ਘਿਓ ਪਾਵਾਂਗੇ। ਦੇਸੀ ਘਿਓ ਪਾਵਾਂਗੇ ਸਾਗ ਉੱਪਰ। ਸਾਗ ਤਿਆਰ ਹੈ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਕਰਿਓ ਜੀ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।